ਹਲਚਲ ਟੀਵੀ ਨਿਊਜ਼। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਾਜ ਸਭਾ ਵਿੱਚ ਬਿਆਨ ਦਿੰਦੇ ਹੋਏ ਸਾਊਦੀ ਅਰਬ ਵਿੱਚ ਫਸੇ ਭਾਰਤੀ ਮਜ਼ਦੂਰਾਂ ਉੱਪਰ ਚਿੰਤਾ ਜਤਾਈ ਹੈ। ਕਿਹਾ ਹੈ ਕਿ ਉਹਨਾਂ ਨੂੰ ਜਲਦੀ ਹੀ ਭਾਰਤ ਲਿਆਂਦਾ ਜਾਵੇਗਾ। ਉਹਨਾਂ ਦੱਸਿਆ ਕਿ 5 ਕੈਂਪਾਂ ਵਿੱਚ ਭਾਰਤੀ ਫਸੇ ਹੋਏ ਹਨ। ਉਹਨਾਂ ਨੂੰ ਰਾਸ਼ਨ ਭੇਜਣ ਲਈ ਦੂਤਕਾਰ ਨਾਲ ਗੱਲਬਾਤ ਕੀਤੀ ਗਈ ਹੈ। ਉਹਨਾਂ ਮੁਤਾਬਕ ਭਾਰਤ ਦਾ ਕੋਈ ਵੀ ਮਜ਼ਦੂਰ ਬੇਰੁਜ਼ਗਾਰ ਅਤੇ ਭੁੱਖਾ ਹੈ ਤਾਂ ਖਾਣਾ ਮੁਹੱਈਆ ਕਰਵਾਇਆ ਜਾਵੇਗਾ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਭਗਵੰਤ ਮਾਨ ਨੇ ਵੀ ਕਿਹਾ ਹੈ ਕਿ ਉਹ ਪਹਿਲਾਂ ਵੀ ਬਹੁਤ ਸਾਰੇ ਨੌਜਵਾਨਾਂ ਨੂੰ ਭਾਰਤ ਵਾਪਸ ਲੈ ਕੇ ਆਏ ਹਨ। ਭਗਵੰਤ ਮਾਨ ਨੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਏਜੰਟ ਧੋਖੇ ਨਾਲ ਲੋਕਾਂ ਨੂੰ ਬਾਹਰ ਭੇਜਦੇ ਹਨ ਉਹਨਾਂ ਉੱਪਰ ਸ਼ਿਕੰਜਾ ਕਸ਼ਾ ਜਾਵੇ। ਮੈਂ ਚਾਹਤਾ ਹੂੰ ਕਿ ਵਿਦੇਸ਼ ਮੰਤਰਾਲੇ ਕੋ ਇਸਕੋ ਗੰਭੀਰਤਾ ਸੇ ਲੇਨਾ ਚਾਹੀਏ। ਕਿਉਂ ਕੌਨ ਸੇ ਵੋ ਏਜੰਟ ਹੈ ਜੋ ਜਹਾਂ ਸੇ ਉਨਕੋ ਧੋਖੇ ਸੇ ਲੇ ਜਾਤੇ ਹੈ ਵਹਾਂ ਬੜੇ ਬੜੇ ਸਪਨੇ ਦਿਖਾ ਕਰ ਔਰ ਇਸ ਉਨ ਉਨ ਏਜੰਟੋ ਪਰ ਕਾਰਵਾਈ ਹੋਣੀ ਚਾਹੀਏ ਤਾਂ ਕਿ ਹਮਾਰੇ ਪੰਜਾਬੀ ਨੌਜਵਾਨ ਜੋ ਵਹਾਂ ਸਟਕ ਹੋ ਜਾਤੇ ਹੈ ਉਨਕੋ ਉਨਕੀ ਜਾਨ ਕੋ ਖਤਰਾ ਤੱਕ ਪੈਦਾ ਹੋ ਜਾਤਾ ਹੈ। ਯੇ ਆਗੇ ਸੇ ਐਸਾ ਨਾ ਹੋ ਔਰ ਵਿਦੇਸ਼ ਮੰਤਰਾਲੇ ਕੋ ਯੇ ਮਾਮਲਾ ਗੰਭੀਰਤਾ ਸੇ ਲੇਨਾ ਚਾਹੀਏ। ਆਨੇ ਵਾਲੇ ਦਿਨੋਂ ਮੈਂ ਯੇ ਮਾਮਲਾ ਮੈਂ ਸੰਸਦ ਮੇਂ ਵੀ ਉਠਾਉਂਗਾ। ਬਿਊਰੋ ਰਿਪੋਰਟ ਹਲਚਲ ਟੀਵੀ। हलचल टीवी न्यूज़।